ਪ੍ਰਾਈਮ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਰੇਸ਼ ਸ਼ਰਮਾ, ਅਸੀਂ ਤੁਹਾਨੂੰ ਅੱਜ ਉਸ ਸ਼ਖਸ ਨਾਲ ਮਨਾਉਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਠਿੰਡਾ ਦੇ ਵਿੱਚ ਜਿੱਥੇ ਸਮਾਜ ਸੇਵਾ ਲੱਗੀਆਂ ਹੋਈਆਂ ਯੋਗਦਾਨ ਪਾਉਣ ਵਾਸਤੇ, ਉੱਥੇ ਸ਼ਹਿਰ ਵਾਸੀ ਉਦਯੋਗਪਤੀ ਵੀ ਸਾਡੇ ਸਾਹਮਣੇ ਆਏ ਆ। ਪ੍ਰਸਿੱਧ ਤਰਸੇਮ ਜੀ, ਤਰਸੇਮ ਗਰਗ, ਜਿਨ੍ਹਾਂ ਨੇ ਆਪਦੀਆਂ ਜਿੰਨੀਆਂ ਦੁਕਾਨਾਂ ਸੀ ਸ਼ਹਿਰ ਦੇ ਵਿੱਚ, ਜਿਹੜਾ BAP ਏਰੀਆ ਲਾ ਲਓ ਤੁਸੀਂ, ਬਠਿੰਡਾ ਦੀ ਫੀਮ ਵਾਲੀ ਗਲੀ ਦੇ ਵਿੱਚ ਪੋਸਟ ਆਫ ਬਾਜ਼ਾਰ ਦੇ ਵਿੱਚ ਦੁਕਾਨਾਂ ਸੀ ਉਹਨਾਂ ਦੀਆਂ, ਦੋ ਮਾਰਕੀਟਾਂ, ਦੋਨੇ ਮਾਰਕੀਟਾਂ ਦੇ ਜਿਹੜੇ ਕਿਰਾਏਦਾਰ ਸੀ ਉਹਨਾਂ ਨੂੰ ਰਾਹਤ ਦਿੱਤੀ ਆ। ਜਿੰਨਾ ਦੇਰ ਕੋਰੋਨਾ ਵਾਇਰਸ ਦਾ ਜਿਹੜਾ ਅਸਰ ਰਹੇਗਾ ਜਾਂ ਬੰਦ ਰਹੇਗਾ, ਕਰਫਿਊ ਲੱਗਿਆ ਰਹੇਗਾ, ਉਨੀ ਦੇਰ ਇਹਨਾਂ ਨੇ ਕਿਰਾਇਆ ਮਾਫ ਕੀਤਾ। ਵੱਡਾ ਯੋਗਦਾਨ ਪਾਇਆ, ਵੱਡੀ ਖਬਰ ਤੁਹਾਨੂੰ। ਤੁਹਾਡਾ ਸਵਾਗਤ ਹੈ ਜੀ ਪ੍ਰੇਮ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਤੁਹਾਡੇ ਜ਼ਹਿਨ ਦੇ ਵਿੱਚ ਆਇਆ ਇਹ ਜਿਹੜਾ ਉਪਰਾਲਾ ਕਰਦੇ ਨੇ? ਜ਼ਹਿਨ ਚ ਤਾਂ ਇਹ ਹੈ, ਜਦੋਂ ਪਤਾ ਲੱਗ ਗਿਆ ਇੱਕ ਵੈਸ਼ਵਿਕ ਮਹਾਮਾਰੀ ਆ ਰਹੀ ਹੈ ਤੇ ਦੁਕਾਨ ਚ ਗਾਹਕ ਹੈ ਨਹੀਂ ਸੀ ਜਦੋਂ ਗੱਲ ਹੋਈ, ਉਹ ਤਾਂ ਬੰਦ ਨਹੀਂ ਹੋਇਆ ਸੀ, ਅਲੀ PM ਸਾਹਿਬ ਦੀ ਕਾਲ ਆਈ ਸੀਗੀ ਤਾਂ ਮੈਂ ਕਿਹਾ ਵੀ ਦੁਕਾਨਾਂ ਦੇ ਗਾਹਕ ਹੈ ਨਹੀਂ, ਮੈਂ ਬੁਲਾਈ, ਮੈਂ ਕਿਹਾ ਸੁਣਦੇ ਕੋਈ ਕਿਰਾਇਆ ਨਹੀਂ ਲੈਣਾ। ਮੈਂ ਕਿਹਾ ਇੱਕ ਵਾਰੀ ਉਹਨੂੰ ਮੈਂ ਕਿਹਾ ਸੀ ਕਿੰਨੇ ਕਿਰਾਏ ਨੂੰ ਛੱਡਿਆ, ਉਦੋਂ ਪਤਾ ਨਹੀਂ ਸੀ ਕਰਫਿਊ ਲੱਗਣਾ। ਹੁਣ ਉਹਨਾਂ ਨੂੰ ਕਹਿਤਾ ਵੀ ਜਿੰਨੀ ਦੇਰ ਕੋਰੋਨਾ ਵਾਇਰਸ ਦਾ ਕਲੇਸ਼ ਪਿਆ ਰਹੂ, ਚਾਹੇ 3 ਮਹੀਨੇ ਲੱਗਣ ਚਾਹੇ 6 ਮਹੀਨੇ ਲੱਗਣ, ਕੋਈ ਕਿਰਾਇਆ ਨਹੀਂ ਲੈਣਾ। ਨਾਲੇ ਇੱਕ ਟੈਨੈਂਟ ਜਿਹੜਾ ਹੈਗਾ ਤੇ ਮਕਾਨ ਮਾਲਕ ਦਾ ਇੱਕ ਪਰਿਵਾਰਿਕ ਰਿਸ਼ਤਾ, ਜਦੋਂ ਅਸੀਂ ਕਿਰਾਇਆ ਲੈ ਕੇ ਰੋਟੀ ਉਸ ਤੋਂ ਖਾਂਦੇ ਹਾਂ ਤਾਂ ਜੇ ਸਾਡਾ ਯਾਰ ਇੱਕ ਪਰਿਵਾਰ ਦਾ ਮੈਂਬਰ ਦੁਖੀ ਹੈ ਤਾਂ ਸਾਨੂੰ ਵੀ ਚਾਹੀਦਾ, ਸਮਝਣਾ ਚਾਹੀਦਾ ਆਪਦੀ ਆਪ ਵੀ ਅਸੀਂ ਉਹਦੇ ਦੁੱਖ ਨੂੰ ਸਮਝੀਏ, ਇਸ ਕਰਕੇ ਉਹਨਾਂ ਨੂੰ ਕਿਰਾਇਆ ਮਾਫ਼ ਕਰਤਾ। ਬਾਕੀ ਗੱਲ ਜਿਹੜੇ ਹੁਣ ਇਸ ਟਾਈਮ ਕਰਫਿਊ ਲੱਗਿਆ ਵਾ, ਬੜੇ ਗਰੀਬ ਬੰਦੇ ਭੁੱਖੇ ਬੈਠੇ ਆ, ਜਿਹਨਾਂ ਕੋਲ ਅਨਾਜ ਨਹੀਂ ਹੈ, ਜਿਹਨਾਂ ਕੋਲ ਦਿਹਾੜੀ ਦੇ ਕੰਮ ਕਰਦੇ ਆ। ਕਮਿਸ਼ਨਰ ਸਾਹਿਬ ਨੇ ਮੇਰੀ ਪਰਸੋਂ ਗੱਲ ਹੋਈ ਸੀ, ਉਹਨਾਂ ਨੂੰ 100 ਪੈਕਟ ਮੈਂ ਬਣਵਾ ਕੇ ਦਿੱਤੇ ਰਾਸ਼ਨ ਦਾ, 1 ਹਫ਼ਤੇ ਦਾ ਰਾਸ਼ਨ ਉਹ 5 ਕਿਲੋ ਆਟਾ, 2 ਕਿਲੋ ਚਾਵਲ, 1 ਕਿਲੋ ਖੰਡ, ਐਸਾ ਜੋ ਸਮਾਨ ਹੈ ਜੀ ਜੀ, 100 ਪੈਕਟ ਬਣਵਾ ਕੇ ਦਿੱਤਾ ਜੀ ਜੀ। ਸਾਰਾ ਵਾਲਿਆਂ ਨੂੰ ਪੈਸੇ ਦਿੱਤੇ ਗਰੀਬਾਂ ਨੂੰ ਦੇਣ ਵਾਸਤੇ ਵੀ ਤੁਸੀਂ ਰਾਸ਼ਨ, ਤੁਹਾਡੇ ਮਾਧਿਅਮ ਸੋਨੂੰ ਵੀ ਕਹਿ ਰਹੇ ਹੈ ਤੁਸੀਂ ਕਿੱਥੇ ਜਾਓ, ਕੋਈ ਗਰੀਬ ਬਿਨਾਂ ਰਾਸ਼ਨ ਤੋਂ ਜ਼ਰੂਰਤਮੰਦ ਬੈਠੇ ਹੋਣ, ਤੁਸੀਂ ਮੈਨੂੰ ਦੱਸੋ, ਮੈਂ ਰਾਸ਼ਨ ਦਾ ਪੈਕਟ ਬਣਵਾ ਕੇ ਸੋਨੂੰ ਦੇ ਦੂੰਗਾ, ਤੁਸੀਂ ਉਹਨਾਂ ਤੱਕ ਪਹੁੰਚਾ ਦਿਓ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ, ਇੱਕ ਜਿਹੜੇ ਇਹਨਾਂ ਨੇ ਉਪਰਾਲਾ ਕੀਤਾ, ਲੋਕਾਂ ਨੂੰ ਰਾਸ਼ਨ ਦੇ ਰਹੇ ਆ, ਜ਼ਰੂਰਤਮੰਦ ਜਿੱਥੇ ਵੀ ਬਠਿੰਡਾ ਦੇ ਵਿੱਚ ਕੋਨੇ ਕੋਨੇ 'ਚ ਬੈਠੇ ਆ, ਜਿਹੜੇ ਜ਼ਰੂਰਤਮੰਦ ਆ ਇਹਨਾਂ ਦਾ ਨੰਬਰ ਵੀ ਇਹ ਆਪਣਾ ਮੋਬਾਇਲ ਨੰਬਰ ਦੇ ਰਹੇ ਆ, ਅਤੇ ਜਿੱਥੇ ਇੰਨੀਆਂ ਦੁਕਾਨਾਂ ਦਾ ਕਿਰਾਇਆ ਮਾਫ਼ ਕੀਤਾ ਅਤੇ ਲੋਕਾਂ ਨੂੰ ਇਹ ਵੱਧ ਚੜ ਕੇ, ਵੱਡੀ ਗੱਲ ਹੋਰ ਆ, ਜਿਹੜੇ ਸਰਕਾਰੀ ਅਫਸਰ ਆ ਉਹਨਾਂ ਨਾਲ ਤਾਲਮੇਲ ਕਰਕੇ ਇਹ ਉਹਨਾਂ ਨੂੰ ਖਾਣਾ ਜਿਹੜਾ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਇਹ ਵੀ ਉਪਰਾਲਾ ਕੀਤਾ ਜਾ ਰਿਹਾ, ਅਤੇ ਇੱਕ ਆਪਣਾ ਨੰਬਰ ਹੈ ਜਿਹੜਾ ਉਹਨਾਂ ਦਾ ਨੰਬਰ ਵੀ ਅਸੀਂ ਤੁਹਾਨੂੰ ਦਿੰਦੇ ਹਾਂ ਦਰਸ਼ਕੋ, ਨੰਬਰ ਸਰ ਤੁਹਾਡਾ ਸਰ 98 156 02, ਪਰ ਮੇਰੇ ਕੋਲ ਆਵੇ ਸਹੀ ਜ਼ਰੂਰਤ ਵਾਲਾ, ਇਹ ਨਹੀਂ ਰਾਸ਼ਨ ਇਕੱਠਾ ਕਰੀ ਜਾਵੇ, ਮੈਨੂੰ ਫੋਬੀਆ ਹੋ ਜਾਏ ਵੀ ਅਸੀਂ ਇਕੱਠਾ ਕਰ ਲਈਏ ਨਾ, ਭੁੱਖੇ ਨੂੰ ਰਾਸ਼ਨ ਕਦੋਂ ਭੁੱਖਾ ਨਹੀਂ ਮਰਨ ਦਿੰਦਾ ਜਿਹੜਾ ਮੇਰੀ ਨਿਗਾਹ 'ਚ ਆ ਗਿਆ, ਬਾਕੀ ਮਾਲਕ ਉੱਥੇ ਕਰਨ ਵਾਲਾ। ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸਮਾਜਿਕ ਸੰਸਥਾਵਾਂ ਨੂੰ ਵੀ ਇਹ ਸਹਾਰਾ ਜਨ ਸੇਵਾ ਨੂੰ ਯੋਗਦਾਨ ਪਾਇਆ, ਕਮਿਸ਼ਨਰ ਸਾਹਿਬ ਨਾਲ ਵੀ ਗੱਲਬਾਤ ਕਰਕੇ ਉਹਨਾਂ ਨਾਲ ਟਾਈ ਅਪ ਕਰਕੇ ਇਹਨਾਂ ਨੇ ਲੋਕਾਂ ਦਾ ਜਿਹੜਾ ਲੋਕਾਂ ਤੱਕ ਕਿਵੇਂ ਰਾਸ਼ਨ ਪਹੁੰਚਾਇਆ ਜਾਵੇ ਅਤੇ ਹਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਇਹਨਾਂ ਨੇ ਵੇੜਾ ਚੱਕਿਆ ਹੋਇਆ ਜਿਹੜਾ। ਅਤੇ ਇੱਕ ਵੱਡੀ ਗੱਲ ਹੋਰ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ, ਅੱਜ ਪੂਰੀ ਆ ਭਾਰ ਪਿਆ ਹੋਇਆ ਦੁਨੀਆ 'ਤੇ, ਉਸ ਨੂੰ ਦੇਖਦੇ ਹੋਏ ਜਿਹੜੇ ਦੁਕਾਨਦਾਰ ਆ ਜਿਨ੍ਹਾਂ ਦੇ ਕੰਮ ਬੰਦ ਹੋ ਗਏ ਸੀ ਉਹਨਾਂ ਨੂੰ ਕਿਰਾਇਆ ਇਹਨਾਂ ਨੇ ਮਾਫ਼ ਕਰ ਦਿੱਤਾ। ਇਹ ਦਰਸ਼ਨ ਗਰਗ ਸਾਡੇ ਜਿਹੜੇ ਬਠਿੰਡੇ ਦੇ ਰਹਿਣ ਵਾਲੇ ਆ, ਠੇਕੇਦਾਰੀ ਦਾ ਕੰਮ ਕਰਦੇ ਆ, ਬਹੁਤ ਵੱਡਾ ਉਪਰਾਲਾ ਇਹਨਾਂ ਨੇ ਕੀਤਾ। ਮੈਂ ਨਰੇਸ਼ ਸ਼ਰਮਾ, ਪ੍ਰਾਈਮ ਨਿਊਜ਼, ਬਠਿੰਡਾ।